ਸਰਹੱਦੀ ਕਸਬਾ ਖੱਲੜਾ ਤੋਂ ਥੋੜੀ ਦੂਰ ਪਿੰਡ ਕਲਸੇ ਖੁਰਦ ਨਜ਼ਦੀਕ ਡਿਫੈਂਸ ਡਰੇਨ ਤੇ ਕੰਮ ਚੱਲ ਰਿਹਾ ਸੀ ਜਿੱਥੇ ਕੰਮ ਕਰ ਰਹੇ ਪੰਜ ਮਜ਼ਦੂਰ ਅਚਾਨਕ ਮਿੱਟੀ ਹੇਠਾਂ ਦੱਬ ਗਏ। ਜਾਣਕਾਰੀ ਅਨੁਸਾਰ ਮਿੱਟੀ ਹੇਠਾਂ ਦਬੇ ਪੰਜ ਮਜ਼ਦੂਰਾਂ ਵਿੱਚੋਂ ਚਾਰ ਨੂੰ ਸਹੀ ਸਲਾਮਤ ਬਾਹਰ ਕੱਢ ਲਿਆ ਗਿਆ ਤੇ ਇਸ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗ੍ਰਿਫ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ UBDC ਡਿਫੈਂਸ ਡਰੇਨ ਕਲਸੀਆ ਖੁਰਦ ਨੇੜੇ ਗ੍ਰਿਫ ਵਿਭਾਗ ਵੱਲੋਂ ਉਸਾਰੀ ਦਾ ਕੰਮ ਕਰਵਾਇਆ ਜਾ ਰਿਹਾ ਸੀ। ਇਸ ਦੌਰਾਨ ਨਹਿਰ ਤੇ 22 ਮਜ਼ਦੂਰ ਰੋਜ਼ਾਨਾ ਦੀ ਤਰ੍ਹਾਂ ਕੰਮ ਕਰ ਰਹੇ ਸਨ, ਪਰ ਇਸੇ ਦੌਰਾਨ ਅਚਾਨਕ ਮਿੱਟੀ ਦੀ ਢਿੱਗ ਮਜ਼ਦੂਰਾਂ ਤੇ ਆ ਡਿੱਗੀ ਤੇ ਪੰਜ ਮਜ਼ਦੂਰ ਇਸ ਦੇ ਹੇਠਾਂ ਦੱਬ ਗਏ। ਹਾਂਜੀ ਵੀਰ ਜੀ, ਕੀ ਨਾਮ ਤੁਹਾਡਾ? ਗੁਰਚਾਨ ਸਿੰਘ। ਕਿਹੜਾ ਪਿੰਡ? ਦਾਲ। ਕੀ ਮਤਲਬ ਕੀ ਗੱਲ ਹੋਈ ਤੁਹਾਡੀ? ਦਾਲ ਸਾਰਾ ਦੂਜੀ ਉਹ ਦੁਆਰ ਪਟਾਉਂਦੇ ਆ ਤੇ ਉਹਦਾ ਉੱਥੇ ਟਿੱਕ ਡੇ ਪੀ ਦੇ ਪੰਜ ਜਾਣੇ ਥੱਲੇ ਆ ਗਏ। ਬਾਕੀ ਕਿੱਥੇ ਆ? ਬਾਕੀ ਆ ਹੋਸਪਿਟਲ ਜੀ ਆ, ਬਾਕੀ ਇੱਕ ਪੂਰਾ ਹੋਵੇ। ਤੁਸੀਂ ਠੀਕ ਹੈ? ਹਾਂਜੀ ਠੀਕ ਆ। ਮੇਰੇ ਮਾਸਕ ਪਾਟ ਆ ਜੀ, ਐਕਸਰੇ ਕਰਵਾਉਣਾ। ਹਾਂਜੀ ਵੀਰ ਜੀ, ਕੀ ਨਾਮ ਤੁਹਾਡਾ? ਰਜੀਤ ਸਿੰਘ। ਰਜੀਤ ਸਿੰਘ ਜੀ, ਕੀ ਹੋਇਆ ਤੁਹਾਨੂੰ? ਇਸ ਸੰਬੰਧੀ ਥਾਣਾ ਖਾਲੜਾ ਦੇ ASI ਕਰਮਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਧਾਰਾ 174 CRPC ਤਹਿਤ ਕਾਰਵਾਈ ਕਰਦੇ ਹੋਏ ਪੋਸਟਮਾਰਟਮ ਲਈ ਭੇਜਿਆ ਜਾ ਰਿਹਾ ਹੈ। ਇਸ ਮੌਕੇ ਮ੍ਰਿਤਕ ਮਜ਼ਦੂਰ ਚਾਨਣ ਸਿੰਘ ਦੇ ਪਰਿਵਾਰ ਨੇ ਸਰਕਾਰ ਪਾਸੋਂ ਮਦਦ ਦੀ ਗੁਹਾਰ ਲਗਾਈ। ਮ੍ਰਿਤਕ ਚਾਨਣ ਸਿੰਘ ਦੇ ਪਰਿਵਾਰ ਵਿੱਚ ਉਸਦੀ ਪਤਨੀ, ਦੋ ਲੜਕੇ ਤੇ ਇੱਕ ਲੜਕੀ ਹੈ। ਕਲਸੀਆਂ ਵਿਖੇ ਜਿਹੜੀ ਆ ਮਿੱਟੀ ਦੀ ਢਿੱਗ ਡਿੱਗਣ ਕਾਰਨ ਡਿਫੈਂਸ ਡਰੇਨ ਤੇ ਪੰਜ ਬੰਦੇ ਦੱਬੇ ਗਏ, ਚਾਰ ਦੀ ਜ਼ਖਮੀ ਆ, ਇੱਕ ਦੀ ਮੌਤ ਹੋ ਗਈ। ਕੀ ਮਾਮਲਾ ਦਰਜ ਕੀਤਾ? ਇਹ ਸਹਿਬਾਂ ਜਿਹੜੀ ਆ ਢਿੱਗ ਡਿੱਗੀ ਆ, ਇਹਦੇ ਵਿੱਚ ਕਿਸੇ ਦਾ ਕੋਈ ਕਸੂਰ ਨਹੀਂ ਹੈ। 174 ਦੀ ਕਾਰਵਾਈ ਕਰਨ ਵਿੱਚ ਲਿਆਂਦੀ ਗਈ ਆ, ਨਾਲ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸ ਹਵਾਲੇ ਕੀਤੀ ਜਾਏ। ਮ੍ਰਿਤਕ ਦਾ ਨਾਮ ਕੀ ਹੈ ਸਰ? ਮ੍ਰਿਤਕ ਦਾ ਨਾਮ ਹੈਗਾ ਚਾਨਣ ਸਿੰਘ, ਸਾਨੂੰ ਬਲਕਾਰ ਸਿੰਘ, ਵਾਸੀ ਦੱਸ। ਕਿੰਨੇ ਬੰਦੇ ਸੀ ਟੋਟਲ ਸਾਰੇ? ਇਹ ਦੱਸਣ ਤਾਂ ਵੀ ਪੰਜ ਬੰਦੇ ਸੀ, ਚਾਰ ਬੰਦੇ ਜ਼ਖਮੀ ਹੋ ਗਏ ਜੀ, ਤਾਂ ਹਸਪਤਾਲ ਦਾਖਲ ਚਾਰ, ਅਤੇ ਇਹਦੀ ਪੰਜਵੀਂ ਦੀ ਬਾਅਦ 'ਚ ਮੌਤ ਹੋ ਗਈ ਹੈ। ਅਤੇ ਮਾਮਲਾ ਦਰਜ ਕਰ ਲਿਆ ਸਰ? ਹਾਂਜੀ, ਮਾਮਲਾ ਦਰਜ ਕਰ ਲਿਆ, 174 ਦੀ ਕਾਰਵਾਈ ਕਰ ਰਹੇ ਹਾਂ। ਠੀਕ ਸਰ। ਤੁਹਾਨੂੰ ਦੱਸ ਦਈਏ ਕਿ ਮਿੱਟੀ ਹੇਠਾਂ ਦਬੇ ਪੰਜ ਮਜ਼ਦੂਰਾਂ 'ਚੋਂ ਚਾਰ ਮਜ਼ਦੂਰਾਂ ਨੂੰ ਮਿੱਟੀ ਹੇਠੋਂ ਸਹੀ ਸਲਾਮਤ ਕੱਢ ਕੇ ਭਿੱਖੀਵਿੰਡ ਦੇ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਉਹਨਾਂ ਦੱਸਿਆ ਕਿ ਮਜ਼ਦੂਰ ਚਾਨਣ ਸਿੰਘ ਪੁੱਤਰ ਬਲਕਾਰ ਵਾਸੀ ਡੱਲ ਕਾਫ਼ੀ ਮੁਸ਼ਕਤ ਕਰਕੇ ਬਾਹਰ ਕੱਢਿਆ ਗਿਆ ਅਤੇ ਜਦੋਂ ਉਸਨੂੰ ਖਾਲੜਾ ਦੇ ਹਸਪਤਾਲ ਵਿੱਚ ਲਿਜਾਇਆ ਗਿਆ, ਉੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਤਰਨ ਤਾਰਨ ਤੋਂ ਵਿਜੇ ਕੁਮਾਰ ਦੀ ਰਿਪੋਰਟ, D5 ਚੈਨਲ ਪੰਜਾਬੀ। ਕੀ ਹੁੰਦੀ ਹੈ ਜਮ੍ਹਾਂਬੰਦੀ? ਕਿਵੇਂ ਬਣਦੀ ਹੈ ਵਸੀਅਤ? ਜ਼ਮੀਨ ਜਾਇਦਾਦ ਦੇ ਹਰ ਮਸਲੇ 'ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਨਾਇਬ ਤਹਿਸੀਲਦਾਰ .com। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ 'ਤੇ ਕਲਿੱਕ ਕਰੋ।